ਹੁਣ ਅਸੀਂ ਉਹਦੇ ਗੱਲ ਦੇ ਉੱਪਰ ਨਹੀਂ ਕਰ ਸਕਦੇ ਅਸੀਂ ਤਾਂ ਜੋ ਤਫਤੀਸ਼ ਆ ਉਹਦਾ ਤੁਹਾਨੂੰ ਦੱਸ ਸਕਦੇ ਹਾਂ ਵੀ ਤਫਤੀਸ਼ ਕੀ ਹੈਗੀ ਲਾਈਵ ਆ ਬੰਦਾ ਨਹੀਂ ਹਲੇ ਤੱਕ ਉਹ ਬੰਦਾ ਹੁਣ ਹਸਪੀਟਲ 'ਚ ਉਹਨਾਂ ਨੇ ਡਾਕਟਰਾਂ ਨੇ ਡੈਡ ਡਿਕਲੇਅਰ ਕਰ अज सवेरे कपूरथला च एक गुरुद्वारा साहिब च बेअदबी की घटना वापरन तो बाद माहौल तनावपूर्ण हो गया सी। सिख जथेबंदियों वालों लगातार मांग की जा रही थी कि दोषी व्यक्ति नूं सौदा लगाया जाए। जी हाँ, उन्हां वालों सड़कां जाम कर दित्तियां गईयां सी अते धरना लगा दिता गया सी। दस दिए कि कपूरथला के निजामपुर पिंड के श्री गुरुद्वारा साहिब च एक व्यक्ति वालों बेअदबी करन की कोशिश की गई सी, जिसनूं सिख संगत वालों काबू कर लिया गया सी। हुण दस्या जा रहा है कि मुलजम नूं सिख संगत वालों सौदा लगा दिता गया है। जी हाँ, दस्या जा रहा है कि जो व्यक्ति बेअदबी करन की कोशिश कर रहा सी उसनूं हुण सिख संगत वालों सौदा लगा दिता गया है। ਇਹ ਵੀ ਦੱਸ ਦਈਏ ਕਿ ਕਪੂਰਥਲਾ ਸੁਭਾਨਪੁਰ ਰੋਡ ਨੂੰ ਸਿੱਖ ਜਥੇਬੰਦੀਆਂ ਨੇ ਜਾਮ ਕਰ ਦਿੱਤਾ ਸੀ। ਇਸ ਦੌਰਾਨ ਪੁਲਿਸ ਅਤੇ ਸਿੱਖ ਜਥੇਬੰਦੀਆਂ ਦੀ ਝੜਪ ਵੀ ਹੋਈ ਸੀ। ਇਸ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਬੇਅਦਬੀ ਮਾਮਲਿਆਂ 'ਚ ਇਨਸਾਫ ਦੇਵੇ ਅਤੇ ਜੋ ਵਿਅਕਤੀ ਕਾਬੂ ਕੀਤਾ ਗਿਆ ਹੈ ਉਸਨੂੰ ਸੌਦਾ ਲਗਾਇਆ ਜਾਵੇ। ਫਿਲਹਾਲ ਹੁਣ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਉਸ ਵਿਅਕਤੀ ਨੂੰ ਸਿੱਖ ਸੰਗਤਾਂ ਵੱਲੋਂ ਸੌਦਾ ਲਗਾ ਦਿੱਤਾ ਗਿਆ ਹੈ। बड़ा मंदभागी घटना हुई है, बड़ी दुखदायक घटना हुई है। सवेरे 4 बजे जिहड़े प्रबंधक हैगे आ इत्थे गुरद्वारा दे सर अमरजीत सिंह, उन्हां नूं शक पई किसी की चोरी की भी कोई बंदा चोरी की नीत नाल अंदर आया। उहदे पिछे गए, बंदा दौड़ गया। उन्होंने अपने जिहड़े स्टाफ हैगा इहनां दे नाल होर बाहरों आके तो संगत 2-3 मुंडे बच्चे रहिंदे आ उहनां नूं मगर लाया, वह बाहरों फड़ के उहनूं लै के आए। फिर इन्होंने उन्होंने एक कमरे च बंद कर लिया। फिर ये लाइव हो गए फेसबुक पर, फिर आप पुछते रहे उतों कि तू की किया। इन्होंने 3-4 घंटे बाद 7:30 बजे लोकल पुलिस को पता लगा भी वह भी जो ये लाइव वाली वीडियो वायरल हुई है उस तो बाद पता लगा। इमीजिएटली पुलिस मौके पर पहुंची है, बट इन्होंने लाइव होकर सारे अपने जिन्हें भी धार्मिक जथेबंदियां होंदिया उन्होंने ऑलरेडी इनवाइट करता सी भी सारे जने इत्थे पहुँचो। पुलिस दे आउण तो पहला काफ़ी जिहड़ा हजूम हैगा वह इकट्ठा होया होया सी ते वह कोशिश कर रहा सीगा भी असी बंदा जिहड़ा हैगा उहनूं असी धार्मिक सज़ा देनी आ, जो भी इमोशनल सेंटीमेंट सीगे वह चल रहे सी। फिर मौके ते आके असी वह बंदा जिहड़ा हैगा उहनूं हॉस्पिटल पहुँचाया। काफ़ी मजामदीन हुई है, मौके ते कोशिश की गई है सारा
ਵੀ ਅਸੀਂ ਲੋਅ ਐਂਡ ਆਰਡਰ ਠੀਕ ਰੱਖੀਏ ਕਿਉਂਕਿ ਧਾਰਮਿਕ ਮੁੱਦਾ ਆ ਭਾਵਨਾਵਾਂ ਨਾਲ ਜੁੜਿਆ ਹੋਇਆ ਆ ਅਤੇ ਉਹਦੇ ਮੁਤਾਬਕ ਹੀ ਮੌਕੇ 'ਤੇ ਕਾਰਵਾਈ ਕੀਤੀ ਗਈ ਹੈ ਹੁਣ ਜੋ ਅਗਲੀ ਤਫਤੀਸ਼ ਬਣਦੀ ਆ ਉਹ ਅਸੀਂ ਅਮਲ 'ਚ ਲਿਆ ਰਹੇ ਹਾਂ ਸਰ ਉਹਦੀ ਕੋਈ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਹਾਲੇ ਤੱਕ ਨਾ ਇਹਨਾਂ ਨੇ 4 ਘੰਟੇ ਇਹਨਾਂ ਕੋਲ ਰਿਹਾ ਅਮਰਜੀਤ ਸਿੰਘ ਕੋਲ ਬੰਦਾ ਇਹਨਾਂ ਕੋਈ ਆਈਡੈਂਟੀਫਿਕੇਸ਼ਨ ਨਹੀਂ ਇਹ ਲਾਈਵ ਵੀਡੀਓ ਜਿਹੜੀ ਮੈਂ ਵੀ ਦੇਖੀ ਹੈ ਤੁਸੀਂ ਵੀ ਦੇਖੀ ਹੋਣੀ ਹੈ ਉਹ 'ਚ ਆਈ ਕਾਰਡ ਦਿਖਾ ਰਹੇ ਆ ਦੋ ਉਹ ਆਈ ਕਾਰਡ ਵੀ ਕਿਸੇ ਮਦਰ ਦੇ ਬੱਚੇ ਦੇ ਸੀਗੇ ਜੋ ਲੱਗਦਾ ਸੀ ਵੀ ਇਹਨੇ ਚੋਰੀ ਕਰਕੇ ਲਿਆਉਂਦੇ ਆ ਅਤੇ ਉਹ ਮਦਰ ਕਹਿ ਰਹੀ ਸੀਗੀ ਵੀ ਇਹ ਮੇਰੇ ਬੱਚਿਆਂ 'ਤੇ ਇਲਜ਼ਾਮ ਲਾਉਣ ਲਈ ਇਹਨੇ ਆਪਣੇ ਕੋਲ ਰੱਖ ਲਿਆ ਅਤੇ ਉਹ ਵੀ ਆਈਡੈਂਟੀਫਿਕੇਸ਼ਨ ਨਹੀਂ ਸੀ ਉਹਦੀ ਉਸ ਬੰਦੇ ਦੀ ਹੋਰ ਕੋਈ ਮੋਬਾਈਲ ਕੋਈ ਆਈ ਕਾਰਡ ਕੋਈ ਇੱਦਾਂ ਦੀ ਆਈਡੈਂਟੀਫਿਕੇਸ਼ਨ ਵਾਲੀ ਚੀਜ਼ ਮਿਲੀ ਨਹੀਂ ਹਾਲੇ ਤੱਕ ਹੁਣ ਜਿਵੇਂ ਕਹਿੰਦੇ ਸੌਦਾ ਲਾਤਾ ਗਿਆ ਉਹਨੂੰ ਇਹ ਤਾਂ ਹਾਲੇ ਤੱਕ ਤਾਂ ਦੇਖੋ ਚੋਰੀ ਦੀ ਨੀਤ ਦੇ ਨਾਲ ਬੰਦਾ ਐਂਟਰ ਕੀਤਾ ਇਹਨਾਂ ਨੂੰ ਸ਼ੱਕ ਪਈ ਆ ਇਹਨਾਂ ਨੂੰ ਬੇਅਦਬੀ ਦੀ ਸ਼ੱਕ ਪਈ ਆ ਇਹਨਾਂ ਨੇ ਵਾਇਰਲ ਕਰਤਾ ਉਹ ਤੋਂ ਬਾਅਦ ਸਾਰਾ ਇੰਸੀਡੈਂਟ ਹੋਇਆ ਹੁਣ ਉਹ ਬੰਦਾ ਕੌਣ ਸੀ ਕੌਣ ਨਹੀਂ ਇਹ ਤਫਤੀਸ਼ ਦਾ ਪਾਰਟ ਆ ਜੋ ਇੱਥੇ ਹੋਇਆ ਇਹ ਤਫਤੀਸ਼ ਦਾ ਪਾਰਟ ਆ ਹੁਣ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਉਂਦੀ ਜਾ ਰਹੀ ਆ ਅਸੀਂ ਸਾਰਾ ਕੁਛ ਜੋ ਵੀ ਕਾਨੂੰਨ ਦੇ ਮੁਤਾਬਕ ਕਰਨਾ ਉਹ ਕਰਾਂਗੇ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਉਂਦੀ ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਉਹਨੂੰ ਸੌਦਾ ਲਾਤਾ ਬੰਦੇ ਨੂੰ ਉਹਦਾ ਕਤਲ ਕਰ ਦਿੱਤਾ ਗਿਆ ਅਤੇ ਹੁਣ ਉਹਨੂੰ ਡੈੱਡ ਬੋਡੀ ਦੇਖੋ ਹਜੂਮ ਜਦੋਂ ਇਕੱਠਾ ਹੋਇਆ ਹੁੰਦਾ ਸੂਤਰਾਂ ਦੇ ਮੁਤਾਬਕ ਖਬਰ ਕੀ ਆ ਰਹੀ ਹੈ ਉਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਦੇਖੀ ਨਹੀਂ ਖਬਰ ਉਹ ਵਾਲੀ ਬਾਕੀ ਜੋ ਵੀ ਬੰਦਾ ਧਾਰਮਿਕ ਭਾਵਨਾਵਾਂ ਦੇ ਮੁਤਾਬਕ ਕੋਈ ਗੱਲ ਕਰਦਾ ਉਹ ਆਪਣੇ ਜਿਹੜੇ ਇਮੋਸ਼ਨ ਆ ਉਹ ਤੁਹਾਡੇ ਸਾਹਮਣੇ ਲਿਆਉਂਦਾ ਹੁਣ ਅਸੀਂ ਉਹਦੇ ਗੱਲ ਦੇ ਉੱਪਰ ਨਹੀਂ ਕਰ ਸਕਦੇ ਅਸੀਂ ਤਾਂ ਜੋ ਤਫਤੀਸ਼ ਆ ਉਹਦਾ ਤੁਹਾਨੂੰ ਦੱਸ ਸਕਦੇ ਹਾਂ ਤਫਤੀਸ਼ ਕੀ ਹੈਗੀ ਲਾਈਵ ਆ ਬੰਦਾ ਨਹੀਂ ਹਾਲੇ ਤੱਕ ਉਹ ਬੰਦਾ ਹੁਣ ਹੋਸਪਿਟਲ 'ਚ ਉਹਨਾਂ ਨੇ ਡਾਕਟਰਾਂ ਨੇ ਡੈੱਡ ਡਿਕਲੇਅਰ ਕਰਤਾ ਹਾਂਜੀ ਹਾਂਜੀ ਥੈਂਕ ਯੂ ਉਹ ਹਾਲੇ ਤੱਕ ਦੇਖਣ ਨੂੰ ਤਾਂ ਪਤਲਾ ਜਿਹਾ ਸੁੱਕਾ ਜਿਹਾ ਬੰਦਾ ਲੱਗਦਾ 20 ਤੋਂ 30 ਸਾਲ ਹੋ ਸਕਦੀ ਹੈ ਬਟ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਸਾਰਾ ਇਸ ਤੋਂ ਅੱਗੇ ਹੁਣ ਕੀ ਕਾਰਵਾਈ ਆ ਕੋਈ ਕਾਰਵਾਈ ਅਸੀਂ ਜੋ ਬਣਦੀ ਹੈਗੀ ਹੈ ਜੋ ਕਾਰਵਾਈ ਅਮਲ 'ਚ ਲਿਆਉਂਦੀ ਜਾਏਗੀ ਦੱਸ ਦੀ ਕਿ ਅੱਜ ਸਵੇਰੇ ਕਪੂਰਥਲਾ ਦੇ ਇੱਕ ਗੁਰਦੁਆਰਾ ਸਾਹਿਬ 'ਚ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ ਜਿਸ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਿੰਡ ਦੇ ਲੋਕਾਂ ਵੱਲੋਂ ਉਸ ਨੂੰ ਕੁੱਟਮਾਰ ਕਰਨ ਤੋਂ ਬਾਅਦ ਉਸਨੇ ਆਪਣੇ ਮੂੰਹੋਂ ਇਹ ਵੀ ਕਬੂਲਿਆ ਸੀ ਕਿ ਉਸ ਨੂੰ ਪੈਸੇ ਦੇ ਕੇ ਦਿੱਲੀ ਤੋਂ ਪੰਜਾਬ ਬੇਅਦਬੀ ਕਰਨ ਲਈ ਭੇਜਿਆ ਗਿਆ ਹੈ ਫਿਲਹਾਲ ਹੁਣ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਿੱਖ ਸੰਗਤਾਂ ਵੱਲੋਂ ਉਸ ਮੁਲਜ਼ਮ ਨੂੰ ਸੌਦਾ ਲਗਾ ਦਿੱਤਾ ਗਿਆ ਹੈ ਕਪੂਰਥਲਾ ਤੋਂ ਕਸ਼ਮੀਰ ਭੰਡਾਲ ਪੰਜਾਬੀ ਲੋਕ ਚੈਨਲ